ਗੂਗਲ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਆਪਣੇ ਪਲੇ ਸਟੋਰ ਤੋਂ ਨੀਤੀਆਂ ਦੀ ਉਲੰਘਣਾ ਕਰਨ ਵਾਲੀਆਂ 22.8 ਲੱਖ ਐਪਲੀਕੇਸ਼ਨਾਂ ਨੂੰ ਹਟਾ ਦਿੱਤਾ। ਜੀ ਹਾਂ, ਤਕਨੀਕੀ ਦਿੱਗਜ ਗੂਗਲ ਨੇ ਵੱਡੀ ਕਾਰਵਾਈ ਕੀਤੀ ਹੈ, ਜਿਸ ਤੋਂ ਬਾਅਦ ਪਲੇ ਸਟੋਰ ਤੋਂ 22.8 ਲੱਖ ਐਪਲੀਕੇਸ਼ਨਾਂ ਹਟਾਈਆਂ ਗਈਆਂ ਨੇ। ਕੰਪਨੀ ਨੇ ਸਾਲ 2023 'ਚ ਨਿਯਮ ਤੋੜਨ ਵਾਲੇ ਮਾਲਵੇਅਰ ਲਈ ਪਲੇ ਸਟੋਰ ਤੋਂ 3,33,000 ਖਰਾਬ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਦੱਸ ਦਈਏ ਕਿ ਗੂਗਲ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ। ਗੂਗਲ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਬਲੌਗ 'ਚ ਲੋਕਾਂ ਨੂੰ ਸਾਂਝੀ ਕੀਤੀ ਹੈ, ਬਲੌਗ ਦੇ ਵਿੱਚ ਦੱਸਿਆ ਹੈ। ਦੱਸ ਦਈਏ ਕਿ ਪਿਛਲੇ ਸਾਲ ਗੂਗਲ ਨੇ ਉਪਭੋਗਤਾਵਾਂ ਦੀ ਸੁਰੱਖਿਆ ਅਤੇ ਗੋਪਨੀਯਤਾ ਨੂੰ ਬਿਹਤਰ ਬਣਾਉਣ ਦੇ ਲਈ ਪਲੇ ਸਟੋਰ ਦੀ ਨੀਤੀ ਦੇ ਵਿੱਚ ਵੱਡਾ ਬਦਲਾਅ ਕੀਤਾ ਸੀ। ਪਾਲਿਸੀ ਨੂੰ ਅਪਡੇਟ ਕਰਨ ਤੋਂ ਬਾਅਦ ਗੂਗਲ ਵੱਲੋਂ ਹੁਣ ਤੱਕ ਇਹ ਸਭ ਤੋਂ ਵੱਡੀ ਕਾਰਵਾਈ ਕੀਤੀ ਗਈ ਹੈ। ਗੂਗਲ ਨੇ ਪਾਇਆ ਕਿ ਇਹ ਡਿਵੈਲਪਰ ਖਾਤਿਆਂ ਤੋਂ ਮਾਲਵੇਅਰ ਅਤੇ ਨੀਤੀ ਦੀ ਉਲੰਘਣਾ ਵਾਰ ਵਾਰ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ 22 ਲੱਖ ਦੇ ਕਰੀਬ ਐਪਲੀਕੇਸ਼ਨਾਂ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਜਾਂਦਾ ਹੈ। ਗੂਗਲ ਨੇ ਆਪਣੀ ਬਲੌਗ ਪੋਸਟ ਰਾਹੀਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ 2.28 ਮਿਲੀਅਨ ਯਾਨੀ ਕਿ 22.8 ਲੱਖ ਤੋਂ ਜ਼ਿਆਦਾ ਐਪਸ ਨੂੰ ਬੈਨ ਕੀਤਾ ਗਿਆ। ਉਹ ਐਪਸ ਜਿਹੜੀਆਂ ਤੁਹਾਨੂੰ ਅਕਸਰ ਪਲੇ ਸਟੋਰ 'ਤੇ ਮਿਲ ਜਾਂਦੀਆਂ ਸਨ, ਜਿਹੜੀਆਂ ਕਿ ਤੁਹਾਨੂੰ ਖਰਾਬ ਵੀ ਕਰ ਸਕਦੀਆਂ ਸਨ। ਕਈ ਵਾਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਸਨ ਜਿਨ੍ਹਾਂ ਐਪਸ ਦੇ ਜ਼ਰੀਏ ਵੀ ਤੁਸੀਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਸੀ, ਜਿਨ੍ਹਾਂ ਐਪਸ ਦੇ ਵੱਲੋਂ ਨਿਯਮ ਨੂੰ ਫੋਲੋ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਗੂਗਲ ਦੇ ਵੱਡੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਇਹਨਾਂ ਐਪਸ ਦੇ ਰਾਹੀਂ ਮਾਲਵੇਅਰ ਅਤੇ ਔਨਲਾਈਨ ਸਕੈਮ ਵਰਗੀਆਂ ਘਟਨਾਵਾਂ ਯੂਜ਼ਰ ਦੇ ਨਾਲ ਕੀਤੀਆਂ ਜਾਂਦੀਆਂ ਸੀ। ਜੀ ਹਾਂ, ਅਕਸਰ ਹੀ ਦੇਖਿਆ ਜਾਂਦਾ ਜਾਂ ਸੁਣਿਆ ਜਾਂਦਾ ਸੀ ਕਿ ਔਨਲਾਈਨ ਕਿਸੇ ਵਿਅਕਤੀ ਦੇ ਨਾਲ ਕਿਸੇ ਦੇ ਖਾਤੇ ਵਿੱਚੋਂ ਪੈਸੇ ਉੱਡ ਜਾਂਦੇ ਨੇ, ਕਿਸੇ ਵਿਅਕਤੀ ਦੇ ਨਾਲ ਔਨਲਾਈਨ ਸਕੈਮ ਹੋ ਜਾਂਦਾ ਹੈ, ਅਤੇ ਅਜਿਹੇ ਸਕੈਮ ਹੁੰਦੇ ਨੇ ਜਿਨ੍ਹਾਂ ਦਾ ਹਰਜਾਨਾ ਇਨਸਾਨ ਨੂੰ ਭੁਗਤਣਾ ਪੈਂਦਾ ਸੀ ਜਿਸਨੇ ਉਹਨਾਂ ਐਪਸ ਨੂੰ ਆਪਣੇ ਮੋਬਾਈਲ ਦੇ ਵਿੱਚ ਡਾਊਨਲੋਡ ਕੀਤਾ ਸੀ। ਇਹਨਾਂ ਐਪਸ 'ਤੇ ਵੱਡੀ ਕਾਰਵਾਈ ਕਰਦੇ ਹੋਏ ਹੁਣ ਗੂਗਲ ਨੇ ਇਹਨਾਂ ਨੂੰ ਆਪਣੇ ਹੀ ਪਲੇ ਸਟੋਰ ਤੋਂ ਰੱਦ ਕਰ ਦਿੱਤਾ ਹੈ, ਇਹਨਾਂ ਨੂੰ ਬੈਨ ਕਰ ਦਿੱਤਾ ਹੈ, ਇਹਨਾਂ ਐਪਸ ਨੂੰ ਹਟਾ ਦਿੱਤਾ ਗਿਆ। ਇੰਨਾ ਹੀ ਨਹੀਂ, ਗੂਗਲ ਨੇ ਇਹਨਾਂ ਐਪਸ ਨੂੰ ਪ੍ਰਕਾਸ਼ਿਤ ਕਰਨ ਵਾਲੇ 3.33 ਲੱਖ ਡਿਵੈਲਪਰ ਖਾਤਿਆਂ ਨੂੰ ਵੀ ਸਸਪੈਂਡ ਕਰ ਦਿੱਤਾ ਹੈ। ਵੱਡੀ ਖਬਰ ਜੋ ਕਿ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਗੂਗਲ ਨਾਲ ਸੰਬੰਧਿਤ ਖਬਰ ਹੈ, ਉਹਨਾਂ ਐਪਸ ਦੇ ਨਾਲ ਸੰਬੰਧਿਤ ਖਬਰ ਹੈ ਜਿਨ੍ਹਾਂ ਨੂੰ ਗੂਗਲ ਦੇ ਵੱਲੋਂ ਸਸਪੈਂਡ ਕੀਤਾ ਗਿਆ, ਬੈਨ ਕੀਤਾ ਗਿਆ। ਦੱਸ ਦਈਏ ਕਿ ਗੂਗਲ ਨੇ 2 ਲੱਖ ਐਪ ਸਬਮਿਸ਼ਨ ਨੂੰ ਵੀ ਰੱਦ ਕਰ ਦਿੱਤਾ ਹੈ। ਗੂਗਲ ਨੂੰ ਸ਼ੱਕ ਹੈ ਕਿ ਇਹਨਾਂ ਐਪਸ ਦੇ ਜ਼ਰੀਏ ਯੂਜ਼ਰ ਦੇ ਸਮਾਰਟਫੋਨ ਤੋਂ ਬੈਕਗਰਾਊਂਡ ਲੋਕੇਸ਼ਨ ਟਰੈਕਿੰਗ, SMS ਐਕਸੈਸ ਅਤੇ ਕੰਟੈਕਟ ਟਰੈਕਿੰਗ ਵਰਗੀਆਂ ਜਿਹੜੀ ਕਿ ਸੰਵੇਦਨਸ਼ੀਲ ਜਾਣਕਾਰੀ ਚੋਰੀ ਕੀਤੀ ਜਾ ਸਕਦੀ ਹੈ। ਜਿਸ ਤੋਂ ਬਾਅਦ ਗੂਗਲ ਦੇ ਵੱਲੋਂ ਇਹ ਵੱਡੀ ਕਾਰਵਾਈ ਕਰਦੇ ਹੋਏ ਇਹਨਾਂ ਐਪਸ ਨੂੰ ਰੱਦ ਕੀਤਾ ਗਿਆ, ਇਹਨਾਂ ਐਪਸ 'ਤੇ ਪਾਬੰਦੀ ਲਗਾਈ ਗਈ ਹੈ। ਦੱਸ ਦਈਏ ਕਿ ਗੂਗਲ ਨੇ ਇਹ ਵੀ ਕਿਹਾ ਕਿ ਉਸਦਾ ਉਦੇਸ਼ ਉਪਭੋਗਤਾਵਾਂ ਨੂੰ ਬਿਹਤਰ ਸੁਰੱਖਿਆ ਪ੍ਰਦਾਨ ਕਰਨਾ ਹੈ, ਯਕੀਨੀ ਬਣਾਇਆ ਜਾਵੇ ਕਿ ਜਿਹੜੇ ਉਪਭੋਗਤਾ ਗੂਗਲ ਦੇ ਜ਼ਰੀਏ ਪਲੇ ਸਟੋਰ ਦੇ ਜ਼ਰੀਏ ਇਹਨਾਂ ਐਪਸ ਨੂੰ ਡਾਊਨਲੋਡ ਕਰਦੇ ਨੇ ਉਹ ਬਿਲਕੁਲ ਸੇਫ ਐਪ ਡਾਊਨਲੋਡ ਕਰਦੇ ਨੇ, ਅਤੇ ਇਹ ਐਪਾਂ ਜਿਹੜੀਆਂ ਕਿ ਲੋਕਾਂ ਦਾ ਡਾਟਾ ਚੋਰੀ ਕਰਦੀਆਂ ਸਨ ਇਹਨਾਂ ਨੂੰ ਰੱਦ ਕਰਨਾ ਪਿਆ। ਇਸ ਦਾ ਕਾਰਨ ਤੁਹਾਡੇ ਨਾਲ ਸਾਂਝਾ ਕੀਤਾ, ਉਪਭੋਗਤਾਵਾਂ ਨੂੰ ਐਪ ਦੇ ਅੰਦਰੋਂ ਡਾਟਾ ਮਿਟਾਉਣ ਦੀ ਇਜਾਜ਼ਤ ਦੇਣੀ ਪਵੇਗੀ। ਗੂਗਲ ਨੇ ਕਿਹਾ ਕਿ ਉਸਦਾ ਉਦੇਸ਼ ਉਪਭੋਗਤਾਵਾਂ ਨੂੰ ਬਿਹਤਰ ਸੁਰੱਖਿਆ ਪ੍ਰਦਾਨ ਕਰਨਾ, ਜਿਨ੍ਹਾਂ ਐਪ ਲਈ ਖਾਤਾ ਬਣਾਉਣ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਹੁਣ ਉਪਭੋਗਤਾਵਾਂ ਨੂੰ ਐਪ ਦੇ ਅੰਦਰੋਂ ਡਾਟਾ ਮਿਟਾਉਣ ਦੀ ਇਜਾਜ਼ਤ ਦੇਣੀ ਪਵੇਗੀ। ਇਸ ਤੋਂ ਇਲਾਵਾ ਫੀਚਰ ਨੂੰ ਗੂਗਲ ਪਲੇ ਸਟੋਰ 'ਤੇ ਡਾਟਾ ਸੇਫਟੀ ਸੈਕਸ਼ਨ ਦੇ ਨਾਲ ਵੀ ਜੋੜਿਆ ਜਾਣਾ ਚਾਹੀਦਾ। ਗੂਗਲ ਨੇ ਕਿਹਾ ਕਿ ਉਸਨੇ ਸੰਵੇਦਨਸ਼ੀਲ ਡੇਟਾ ਦੀ ਪਹੁੰਚ ਅਤੇ ਸ਼ੇਅਰਿੰਗ ਨੂੰ
ਸੀਮਿਤ ਕਰਨ ਅਤੇ ਗੋਪਨੀਯਤਾ ਨੂੰ ਮਜ਼ਬੂਤ ਕਰਨ ਦੇ ਲਈ ਸੋਫਟਵੇਅਰ ਡਿਵੈਲਪਮੈਂਟ ਕਿੱਟ ਯਾਨੀ ਕਿ SDKS ਦੇ ਨਾਲ ਕੰਮ ਕੀਤਾ। ਜਿਸ ਤੋਂ ਬਾਅਦ ਇੱਕ ਉਪਭੋਗਤਾ ਦੀ ਜਿਹੜੀ ਕਿ ਸੁਰੱਖਿਆ, ਉਸਦੀ ਨਿੱਜੀ ਡਾਟੇ ਦੀ ਸੁਰੱਖਿਆ, ਉਸ ਤੋਂ ਯਕੀਨੀ ਬਣਾਇਆ ਜਾਵੇ, ਇਹ ਐਪਸ 'ਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਬੈਨ ਕੀਤਾ ਗਿਆ ਪਲੇ ਸਟੋਰ ਤੋਂ। ਸੋ ਗੂਗਲ ਦੀ ਵੱਡੀ ਕਾਰਵਾਈ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ। ਫਿਲਹਾਲ ਇਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ।